ਪ੍ਰਾਈਵੇਟ ਚੱਕਣਗੇ ਜੀ ਆਪਦੀ ਮਰਜ਼ੀ ਨਾਲ। ਪਰ ਆ ਸਾਡੇ ਨਾਲ ਜੀ ਨਜਾਇਜ਼ ਧੱਕਾ ਆ ਜਿਹੜਾ 10 ਤਰੀਕ ਨੂੰ ਖਰੀਦ ਬੰਦ ਕਰਨ ਦੇ ਆਰਡਰ ਦੇ ਦਿੱਤੇ ਆ ਜੀ। ਅਸੀਂ ਵੀ ਬੇਬਸਵਾਂ ਜੀ, ਜਿੱਦਾਂ ਵੀ ਫਿਰ ਜ਼ਮੀਨ ਵੇਚਾਂਗੇ, ਬੈਂਕਾਂ ਦਾ ਕਰਜ਼ਾ ਦੇਣਾ ਅੜ ਰਿਹਾ, ਕੁਛ ਵੀ ਵੇਚਾਂਗੇ, ਗਹਿਣੇ ਵੇਚਾਂਗੇ ਤਾਂ ਘਾਟਾ ਪੂਰਾ ਕਰ ਸਕਦੇ ਹਾਂ। ਭਾਅ ਜੀ ਮੈਂ ਤਾਂ ਗਰੀਬ ਬੰਦਾ, ਮੈਂ ਅਨਪੜ੍ਹ ਬੰਦਾ, ਮੈਨੂੰ ਕੋਈ ਇਹਦੇ ਬਾਰੇ ਨਹੀਂ ਪਤਾ। ਅਜੀਤ ਵੈਬ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਨਵਾਂਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ, ਅਸੀਂ ਮੌਜੂਦ ਹਾਂ ਇਸ ਵੇਲੇ ਪਿੰਡ ਘਟਾਰੋਂ, ਜਿੱਥੇ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਜਿਹੜੀ ਅੱਜ ਮਸ਼ੀਨ ਝੋਨੇ ਦੀ ਕਟਾਈ ਦੇ ਲਈ ਲਗਾਈ ਹੈ। ਅਤੇ ਇਹ ਜਿਹੜੇ ਭਾਈ ਸਾਹਿਬ ਹੈਗੇ, ਇਹਨਾਂ ਦੇ ਖੇਤਾਂ ਦੇ ਵਿੱਚ ਮਸ਼ੀਨ ਚੱਲੀ ਆ, ਅਤੇ ਇੱਧਰ ਜਿਹੜੇ ਆ ਮਸ਼ੀਨ ਦੇ ਮਾਲਕ ਹੈਗੇ ਆ, ਇਹਨਾਂ ਨੇ ਆਪਣਾ ਜਿਹੜਾ ਕੰਮ ਖਤਮ ਕਰਕੇ ਅਤੇ ਇੱਧਰ ਨੂੰ ਆਏ ਆ। ਪਰ ਸਰਕਾਰ ਵੱਲੋਂ ਅੱਜ ਦਾ ਦਿਨ ਜਿਹੜਾ ਖਰੀਦ ਦੇ ਲਈ ਦਿੱਤਾ ਗਿਆ, 1,70,000 ਹੈਕਟੇਅਰ ਟਨ ਜਿਹੜੀ ਆ ਝੋਨੇ ਦੀ ਖਰੀਦ ਕੀਤੀ ਜਾਣੀ ਸੀ, ਅਤੇ 1,65,000 ਦੇ ਕਰੀਬ ਜਿਹੜੀ ਹੋ ਚੁੱਕੀ ਆ, ਅਤੇ ਸਰਕਾਰ ਵੱਲੋਂ ਅੱਜ ਦਾ ਦਿਨ ਦਿੱਤਾ ਗਿਆ। ਤੁਹਾਡਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਰੀਕ ਸਿੰਘ ਜੀ। ਤੁਸੀਂ ਕੁੱਲ ਕਿੰਨੇ ਜਿਹੜੇ ਕਿੱਲੇ ਆ ਝੋਨਾ ਲਗਾਇਆ? ਮੇਰੇ 5 ਖੇਤ ਭਾਅ ਜੀ। ਠੀਕ ਹੈ, 5 ਖੇਤ ਤੁਸੀਂ ਲਾਏ, ਅਤੇ ਕਿੰਨਾ ਵੱਢ ਹੋ ਚੁੱਕਾ? 1 ਦਾਣਾ ਨਹੀਂ ਵੱਢ ਹੋਇਆ, ਅੱਜ ਸ਼ੁਰੂ ਹੋਇਆ ਜੀ। ਠੀਕ ਹੈ, ਅਤੇ ਸਰਕਾਰ ਵੱਲੋਂ ਅੱਜ ਸ਼ਾਮ ਤੱਕ ਹੱਥ ਖੜੇ ਕਰ ਦਿੱਤੇ ਜੇ ਗਏ ਆ ਵੀ ਅਸੀਂ ਜਿਹੜੀ ਝੋਨੇ ਦੀ ਖਰੀਦ ਨਹੀਂ ਕਰਨੀ, ਅਤੇ ਤੁਸੀਂ ਫਿਰ ਕੀ ਕਰੋਗੇ ਇਹਦਾ? ਭਾਅ ਜੀ ਮੈਂ ਤਾਂ ਗਰੀਬ ਬੰਦਾ, ਮੈਂ ਅਨਪੜ੍ਹ ਬੰਦਾ, ਮੈਨੂੰ ਕੋਈ ਇਹਦੇ ਬਾਰੇ ਨਹੀਂ ਪਤਾ। ਮੈਂ ਤੁਹਾਨੂੰ ਕਿੰਨੇ ਕੁ ਦਿਨ ਹੋ ਗਏ ਜਿਹੜੇ ਇਸ ਫਸਲ ਦੇ ਕਟਾਈ ਦੇ ਲਈ ਜੂਝਦੇ ਆ? ਮੈਂ ਦੁਸਹਿਰੇ ਦਾ ਘੁੰਮ ਰਿਹਾ ਜੀ, ਮਗਰ ਹਿਆਲੇ ਭਾਈ ਸਿੱਖ ਦੇ ਸੀਗੇ ਬੈਠੇ, ਉੱਦਣ ਦਾ ਮੈਨੂੰ ਤਾਂ ਤਾਲੇ ਕਰਦਾ ਜਿਹਨਾਂ ਨੂੰ ਯਕੀਨ ਮੇਰੇ ਪਰ ਉਹ ਹਾਂ ਆ, ਨਹੀਂ ਤੁਹਾਨੂੰ ਬੰਦੇ ਟੱਕਰੇ, ਉਹ ਕਹਿੰਦੇ ਚਲੇ ਜਾਓ, ਨਹੀਂ ਪੈਸੇ ਨਹੀਂ ਦੇਣੇ। ਮੈਂ ਟਰੈਕਟਰ ਵੀ ਨਹੀਂ ਧੁਆਇਆ, ਗਾਰੇ ਨਾਲ ਭਰਿਆ, ਉੱਦਾਂ ਹੀ ਖੜਾ ਕੱਦੂ 'ਚ ਕੱਢ ਗਏ, ਮੌਕਾ ਹੀ ਨਹੀਂ ਮਿਲਿਆ ਇੱਦਾਂ ਦੇ ਦੁੱਖਾਂ। ਤੁਹਾਨੂੰ ਲੱਗਦਾ ਵੀ ਤੁਹਾਨੂੰ ਇਹਦਾ ਝੋਨੇ ਦਾ ਲਾਭ ਨਹੀਂ ਹੋਣ ਵਾਲਾ ਇਸ ਵਾਰ? ਭਾਅ ਜੀ ਕੀ ਨਾਮ ਹੈ ਤੁਹਾਡਾ? ਜਗਦੇਵ ਸਿੰਘ ਆ ਜੀ। ਜਗਦੇਵ ਸਿੰਘ ਜੀ, ਪਿੰਡ ਤੁਹਾਡਾ ਕਰਿਆਮ? ਹਾਂਜੀ। ਠੀਕ ਹੈ, ਤੁਹਾਡੀਆਂ ਕਿੰਨੀਆਂ ਮਸ਼ੀਨਾਂ 'ਤੇ ਤੁਸੀਂ ਅੱਜ ਤੱਕ ਕਿੰਨਾ ਜਿਹੜਾ ਝੋਨਾ ਆ ਉਹ ਲੋਕਾਂ ਦਾ ਵੱਢ ਚੁੱਕੇ ਆ? ਲੋਕਾਂ ਦਾ ਅਸੀਂ 300 ਕਿੱਲਾ ਵੱਢਦਾ ਜੀ। 300 ਕਿੱਲਾ, ਕਿੰਨਾ ਕੁ ਇਲਾਕੇ ਦੇ ਵਿੱਚ ਰਹਿੰਦਾ? ਹਾਲੇ ਖੜਾ ਜੀ, 100 ਕਿੱਲਾ ਖੜਾ ਹੋਣਾ ਜੀ। 100 ਕਿੱਲਾ ਆਪਣੇ ਇਲਾਕੇ ਦੇ ਵਿੱਚ? ਹਾਂਜੀ, ਆਪਣੇ ਇਲਾਕੇ ਦੇ ਵਿੱਚ ਲੋਕਾਂ ਦਾ ਜੀ। ਲੋਕ ਕਿਹੋ ਜਿਹਾ ਮਹਿਸੂਸ ਕਰਦੇ, ਕਿਹੋ ਜਿਹੀ ਮੰਗ ਕਰਦੇ ਆ ਸਰਕਾਰ ਤੋਂ? ਲੋਕ ਮੰਗ ਕਰਦੇ ਆ ਜੀ, ਇੱਕ ਤਾਂ ਸਰਕਾਰ ਨੇ ਖਰੀਦ ਬੰਦ ਕਰਤੀ ਹੈ ਜੀ, ਲੋਕ ਬਹੁਤ ਪਰੇਸ਼ਾਨ ਆ ਜੀ। ਠੀਕ ਹੈ, ਅਤੇ ਲੋਕਾਂ ਨੂੰ ਮਸ਼ੀਨਾਂ ਨਹੀਂ ਮਿਲ ਰਹੀਆਂ ਜੀ, ਖਰੀਦ 5-6 ਦਿਨ ਹਫ਼ਤਾ ਹੋਰ ਚਾਹੀਦੀ ਹੈ ਜੀ, ਲੋਕਾਂ ਦੇ ਝੋਨਾ ਹਫ਼ਤੇ ਨੂੰ ਨਿਬੜ ਸਕਦਾ ਜੀ, ਲੋਕ ਪਰੇਸ਼ਾਨ ਹੋਣਗੇ ਜੀ। ਕਿੰਨਾ ਕੁ ਘਾਟਾ ਪੈ ਸਕਦਾ? ਘਾਟਾ ਹੁਣ ਪ੍ਰਾਈਵੇਟ ਚੱਕਣਗੇ ਜੀ ਆਪਦੀ ਮਰਜ਼ੀ ਨਾਲ। ਅਤੇ ਇਸ ਵੇਲੇ 20,000 ਘੱਟੂ? ਕਿੰਨਾ ਜੀ? 20,000 ਰੁਪਈਆ ਘੱਟੂ ਖੇਤ ਮਗਰ। ਖੇਤ ਮਗਰ? ਹਾਂਜੀ ਹਾਂਜੀ। ਅਤੇ ਤੁਹਾਡੇ ਤਾਂ 5 ਕਿੱਲੇ ਆ? ਹਾਂਜੀ। 1,00,000 ਰੁਪਈਆ ਤੁਸੀਂ ਕਿੱਥੇ ਪੂਰਾ ਕਰੋਗੇ? ਹਾਂਜੀ ਫਿਰ ਜਿੱਦਾਂ ਵੀ ਫਿਰ ਜ਼ਮੀਨ ਵੇਚਾਂਗੇ, ਬੈਂਕਾਂ ਦਾ ਕਰਜ਼ਾ ਦੇਣਾ ਅੜ ਰਿਹਾ, ਕੁਛ ਵੀ ਵੇਚਾਂਗੇ, ਗਹਿਣੇ ਵੇਚਾਂਗੇ ਤਾਂ ਘਾਟਾ ਪੂਰਾ ਕਰ ਸਕਦੇ ਹਾਂ। ਪ੍ਰੋਫਿਟ ਤਾਂ ਹੈ ਹੀ ਨਹੀਂ ਜੋ ਤੁਹਾਡੇ ਸਾਹਮਣੇ ਆ, ਜਾਂ ਰਹਿਣ ਰੱਖਾਂਗੇ 10 ਸਾਲ ਦੇ, 5 ਸਾਲ ਦੇ ਫਿਰ ਛੁੱਟੂਗੀ, ਬੈਂਕ ਦਾ ਨਹੀਂ ਵਿਆਜ ਪਈ ਜਾਣਾ ਸਾਡੇ ਸਿਰ। ਭਾਅ ਜੀ ਮੇਰਾ ਨਾਮ ਹੈਗਾ ਗੁਰਵਿੰਦਰ ਸਿੰਘ, ਸਨ ਆਫ ਰਣਜੀਤ ਸਿੰਘ, ਵਿਲੇਜ ਘਟਾਰੋਂ ਜੀ। ਠੀਕ ਹੈ, ਘਟਾਰੋਂ। ਅਤੇ ਆਪਣੇ ਕਿੰਨੇ ਕੁ ਕਿੱਲੇ ਜਿਹੜੀ ਆ ਝੋਨਾ ਆਪਾਂ ਲਗਾਇਆ ਸੀਗਾ ਅਤੇ ਕਿੰਨਾ ਵੱਢ ਲਿਆ? ਭਾਅ ਜੀ ਅਸੀਂ 35 ਕਿੱਲੇ ਲਾਇਆ ਸੀਗਾ ਜੀ ਝੋਨਾ, ਆਪਣੇ ਪਰਮਲ ਵਰਾਇਟੀ ਅਤੇ ਫੂਸਾ ਵਰਾਇਟੀ, ਅਤੇ ਤਕਰੀਬਨ ਅੱਜ ਤੋਂ 10-12 ਦਿਨ ਪਹਿਲਾਂ ਜੋ 126 ਸੀ ਜਾਂ 121 ਸੀ ਉਹਦੀ ਕਟਾਈ ਹੋ ਗਈ ਹੈ ਜੀ, ਅਤੇ ਵਿਚਾਲੇ ਮੀਂਹ ਪੈਣ ਦੇ ਕਰਕੇ ਜੀ ਤਕਰੀਬਨ ਹਫ਼ਤਾ ਸਾਡੀਆਂ ਮਸ਼ੀਨਾਂ ਅਤੇ ਸਾਡਾ ਜੀਰੀ ਦਾ ਕੰਮ ਖੜ੍ਹਾ ਰਿਹਾ ਜੀ, ਅਤੇ ਹੁਣ ਕੁਛ ਖੇਤ ਸੁੱਕਿਆ, ਤੁਸੀਂ ਦੇਖ ਸਕਦੇ ਹਾਂ ਖੇਤ ਵੀ ਥੱਲੇ ਗਿੱਲੇ ਆ ਜੀ, ਹੁਣ ਥੋੜ੍ਹਾ ਜਿਹਾ ਕੰਮ ਚੱਲਿਆ, ਅਤੇ ਸਾਨੂੰ ਪਰਸੋਂ ਤੋਂ ਪਤਾ ਲੱਗ ਰਿਹਾ ਜੀ ਗੌਰਮੈਂਟ ਨੇ ਕਹਿੰਦੇ 10 ਤਰੀਕ 4 ਵਜੇ ਤੱਕ ਖਰੀਦ, ਉਹ ਤੋਂ ਬਾਅਦ ਬੰਦ ਕਰ ਦਿੱਤੀ ਹੈ ਜੀ। 4-5 ਦਿਨ ਹੋ ਗਏ ਜੀ ਸਾਡੇ, ਦੋਵੇਂ ਮਸ਼ੀਨਾਂ ਸਾਡੇ ਕੋਲ ਚੱਲਦੀਆਂ, ਆਪਣੇ ਖੇਤੀ ਵੀ ਅਸੀਂ ਕਰਦੇ ਹਾਂ, ਸਾਡੇ ਗਾਹਕਾਂ ਨੇ ਜੀ ਦਿਨ ਭਰ ਰਾਤ ਫੋਨ ਕਰਕੇ ਸਾਨੂੰ ਜਾਣੀ ਕਿ ਸਾਡੀ ਬੱਸ ਕਰਾਈ, ਬਈ ਸਾਨੂੰ ਸਮਝ ਨਹੀਂ ਆਉਂਦਾ ਕਿਹਦਾ ਵੱਡੀਏ ਅਤੇ ਕਿਹਦਾ ਛੱਡੀਏ ਜੀ। ਜੇਕਰ ਗੌਰਮੈਂਟ ਨਾ 20 ਨਵੰਬਰ ਤੱਕ ਟਾਈਮ ਕਰ ਦਿੰਦੀ, 10 ਦਿਨ ਜ਼ਿਮੀਂਦਾਰਾਂ ਨੂੰ ਹੋਰ ਦੇ ਦਿੰਦੀ ਤਾਂ ਬਹੁਤ ਵਧੀਆ, ਹੌਲੀ ਹੌਲੀ ਸਭ ਕੁਛ ਨਜਿੱਠ ਹੋ ਜਾਣਾ ਸੀ। ਹੁਣ ਕਈ ਖੇਤ ਗਿੱਲੇ ਆ ਜੀ, ਕੰਪੇਨਾਂ ਨਹੀਂ ਚੱਲ ਰਹੀਆਂ, ਜ਼ਿਮੀਂਦਾਰ ਤਾਂ ਅੱਗੇ ਵੀ ਤੁਸੀਂ ਦੇਖ ਰਹੇ ਹਾਂ ਜੀ ਸੜਕਾਂ 'ਤੇ ਬੈਠਾ, ਬੁਰਾ ਹਾਲ ਆ, ਕੋਈ ਬਾਂਹ ਫੜਨੇ ਵਾਲਾ ਕੋਈ ਜ਼ਿਮੀਂਦਾਰ ਦੀ ਹੈ ਨਾ ਗੇ ਜੀ। ਮੁੜ ਕੇ ਇੱਦਾਂ ਹੁੰਦਾ ਜੀ ਸੂਬਾ ਸਰਕਾਰਾਂ 'ਤੇ ਜਾਂ ਸੈਂਟਰ ਗੌਰਮੈਂਟਾਂ 'ਤੇ ਹੁੰਦੀ ਆਸ ਕਿ ਇਹ ਸਾਨੂੰ ਕਿੱਦਾਂ ਕਰੂਗੇ, ਪਰ ਆਹ ਸਾਡੇ ਨਾਲ ਜੀ ਨਜਾਇਜ਼ ਧੱਕਾ ਆ ਜਿਹੜਾ 10 ਤਰੀਕ ਨੂੰ ਖਰੀਦ ਬੰਦ ਕਰਨ ਦੇ ਆਰਡਰ ਦੇ ਦਿੱਤੇ ਆ ਜੀ। ਅਸੀਂ ਵੀ ਬੇਬਸ ਵਾਂ ਜੀ, ਕੁਛ
पहला देखो जी 1 अक्तूबर तो बढ़ाई का काम शुरू होया साढ़े दुआबे एरिए सिर्फ 10 तो 15% से जोड़ा 26 झोना या मटर आलू वाला से जी बाकी 85 तो 90% झोना जोड़ा फूसा लाया से गौरमेंट ददायतों के अनुसार जी सैलर मालकों की अनुसार जी यदा टोटा नहीं होंगे जी ये लाओ हूँ ये झोना जी हो जो होया तो मीह पै गया हफ्ता फिर कम खड़ा रह गया गौरमेंट चाहिए सी जो मीह का हफ्ता बंद रहा काम उही हफ्ता बधा देंदे तो सारे का संतुष्टि के नाल चक हो जाना सी हुण दिन भर रात कंपेना चल दियां हुण कोई मॉइस्चर नहीं कोई तेल नहीं कोई कुछ नहीं बहुत औखा हो गया जी असी अपना काम नबेड़िया साढ़े कल दियां दोए मशीनां साढ़े चल दियां सरकार कहिंदी वी साडा जिहड़ा टीचा पूरा हो गया तो इस करके असी जिहड़ा झोने की खरीद नहीं कर सकते पर किसान जिहड़ा वो निराश आ की मंग करदे हो भाजी देखो टीचा हुण ऐतकी तां सारिआं नालों वधिया काम होया इहनी सब तो पहला फरदां लईआं हरेक जिमीदार दे खेत देखे ਉਹਦਾ ਔਸਤ ਅੰਦਾਜ਼ਾ ਕੁਇੰਟਲ ਦਾ ਲਾਇਆ ਵੀ ਇੰਨਾ ਆਊਗਾ ਉਹ ਤਾਂ ਇਹਨਾਂ ਦੇ ਕੋਲ ਪਹਿਲੇ ਬੌਂਡ ਸੀਗਾ ਜੀ ਇੰਨਾ ਸਾਡੇ ਕੋਲ ਆਉਣਾ ਹੀ ਆਉਣਾ ਆ ਅਤੇ ਜੇ ਹੁਣ ਇਸ ਤੋਂ ਬਾਅਦ ਵੀ ਇਹ ਕਹੀ ਜਾਂਦੇ ਪਰ ਕੁਛ ਤਾਂ ਐਤਕੀ ਝੋਨਿਆਂ ਦੇ ਭਾਜੀ ਝਾੜ ਘੱਟ ਆ ਜਿਹੜਾ ਇਹਨੇ ਪਹਿਲਾਂ ਬੌਂਡ ਕੀਤਾ ਜੇ ਮੈਂ ਕਹਿੰਦਾ ਝੋਨੇ ਅਗਲੇ ਸਾਲਾਂ ਵਾਂਗੂ 32-35 ਕੁਇੰਟਲ ਨਿਕਲਦੇ ਤਾਂ ਹੁਣ ਤੋਂ 10 ਦਿਨ ਪਹਿਲੇ ਹੀ ਨਹੀਂ ਹੱਥ ਖੜ੍ਹੇ ਕਰ ਜਾਣੇ ਸੀਗੇ ਇਸ ਵੱਲ ਭਾਜੀ ਕੋਈ ਝੂਠ ਬੋਲੀ ਜਾਵੇ ਸੱਚ ਬੋਲੀ ਜਾਵੇ 25-28 ਦੇ ਵਿੱਚ ਵਿੱਚ ਝਾੜੇ ਆ ਜੀ ਕਿਉਂਕਿ ਲਾਣ ਵੇਲੇ ਲੈਟਾਂ ਲੂਟਾਂ ਦਾ ਵੀ ਐਸਾ ਵੈਸਾ ਪ੍ਰਬੰਧ ਸੀ ਕੁਛ ਮੌਸਮ ਨੇ ਐਤਕੀ ਸਾਥ ਨਹੀਂ ਦਿੱਤਾ ਮਾਰ ਪਈ 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 ਜੀ ਸਰਕਾਰ ਦੀ ਵੀ ਮਾਰ ਪਈ ਹੈ ਜੀ ਜੇ ਆ ਹਫ਼ਤਾ 10 ਦਿਨ ਸਾਨੂੰ ਉਹਨਾਂ ਨੇ ਗੌਰਮੈਂਟ ਦੇ ਦੇਣ ਦੀ ਕੋਈ ਗੱਲ ਨਹੀਂ ਚੱਕ ਲੈਂਦੇ ਤਾਂ ਸਾਰਿਆਂ ਦੇ ਚੱਕਿਆ ਜਾਣਾ ਸੀ ਕੁਛ ਇੱਦਾਂ ਦੇ ਜ਼ਿਮੀਦਾਰ ਵੀ ਹੈਗੇ ਜੀ ਜਿਨ੍ਹਾਂ ਦੇ ਖੇਤ ਗਿੱਲੇ ਆ ਕੰਪੈਨਾਂ ਜਾਨੀਆਂ ਅਤੇ ਵੱਢ ਨਹੀਂ ਹੋਇਆ ਉਹਨਾਂ ਦਾ ਜੀ ਉਹ ਵਿਚਾਰੇ ਹੁਣ ਬੇਬਸ ਵਾ ਤਾਂ ਜਾਈਏ ਕਿੱਧਰ ਨੂੰ ਕਿਉਂਕਿ ਇਹ ਕੰਪੈਨ ਜੇ ਜੀ ਜ਼ਮੀਨ ਦੇ ਤਲ ਚੱਲੂਗੀ ਤਾਂ ਹੀ ਆ ਕਿਉਂਕਿ ਮੀਂਹ ਪਾਣੀ ਲੱਗਿਓ ਸੀ ਮੀਂਹ ਪੈ ਗਿਆ ਖੇਤ ਹੋ ਗਿਆ ਗਿੱਲੇ ਮਸ਼ੀਨਾਂ ਨਹੀਂ ਚੱਲ ਰਹੀਆਂ ਜੀ ਹੁਣ ਵੀ ਜਾਣੀ ਕਿ ਅਸੀਂ ਆਪਣਾ ਖੁਦ ਵੱਢਦੇ ਹਾਂ ਸਾਡੀਆਂ ਮਸ਼ੀਨਾਂ ਅਸੀਂ ਲੋਕੇ ਵੱਢ ਰਹੇ ਹਾਂ ਵੀ ਲੋਕ ਸਾਨੂੰ ਆ ਕੇ ਟੋਰਚਰ ਨਾ ਕਰਨ ਯਾਰ ਤੁਸੀਂ ਆਪਣਾ ਇਕੱਲੇ ਵੱਢਦੇ ਸਾਡਾ ਨਹੀਂ ਵੱਢ ਰਹੇ ਇਹਦਾ ਗੌਰਮੈਂਟ ਨੇ ਬਹੁਤ ਧੱਕਾ ਕੀਤਾ ਜੀ ਹੁਣ ਕਈ ਏਰੀਏ ਇੱਦਾਂ ਦੇ ਉੱਥੇ ਐਡਵਾਂਸ ਚੱਲ ਪੈਂਦੀ ਆ ਉੱਥੇ ਫਿਨਿਸ਼ ਵੀ ਆ ਪਰ ਜਿਹੜਾ ਸਾਡਾ ਨਵਾਂ ਸ਼ਹਿਰ ਵਾ ਦੁਆਬਾ ਇਹਦਾ ਜੀ ਇਹ ਬਹੁਤ ਲੇਟ ਵਾ ਇੱਥੇ ਤਕਰੀਬਨ 60-65% ਫੂਸਾ ਜੀਰੀ ਲੱਗੀ ਸੀ ਅਤੇ ਉਹ ਲੇਟ ਸੀਗੀ ਬਹੁਤ ਅਤੇ ਲੋਕਾਂ ਨੇ ਕਣਕ ਬੀਜਣ ਦੀ ਬਜਾਏ ਉਹਨਾਂ ਨੂੰ ਪਾਣੀ ਲਾ ਲਿਆ ਕਿ ਸੁਪਰ ਸੀਡਰ ਨਾਲ ਬਜਾਵਾਂਗੇ ਅਤੇ ਹੁਣ ਬਹੁਤ ਝੋਨੇ ਭਾਜੀ ਖੜ੍ਹੇ ਆ ਬਹੁਤ ਔਖਾ ਹੋਇਆ ਪਿਆ ਜੇ ਹਫ਼ਤਾ ਕੁ ਗੌਰਮੈਂਟ ਸਾਨੂੰ ਢਿੱਲ ਦੇ ਦਿੰਦੀ ਤਾਂ ਸਾਰਿਆਂ ਦਾ ਕੋਈ ਨਿਰਾਸ਼ਾ ਨਹੀਂ ਸੀ ਕੋਈ ਕੁਛ ਨਹੀਂ ਸੀ ਐਨ ਵਧੀਆ ਝੋਨਾ ਚੱਕਿਆ ਜਾਣਾ ਸੀ ਭਾਜੀ ਤਕਰੀਬਨ ਸਾਡੀਆਂ ਦੋਏ ਮਸ਼ੀਨਾਂ ਚੱਲਦੀਆਂ ਸਾਡਾ ਲੋਕਾਂ ਦਾ ਤਾਂ ਪਤਾ ਨਹੀਂ 45-50 ਖੇਤ ਤਾਂ ਸਾਡੇ ਜ਼ਿਮੀਦਾਰਾਂ ਦੇ ਖੜ੍ਹੇ ਆ ਜਾਂ ਇੱਕ ਨਹਿਰ ਆ ਬਿਨਾਂ ਦੱਸੇ ਆ ਗਈ ਸਾਡੇ ਪਿੰਡ ਨਹਿਰ ਆ ਜੀ ਅੱਗੇ ਕਦੇ ਝੋਨਾ ਵੱਢਣ ਵੇਲੇ ਨਹੀਂ ਉੱਦਾਂ ਨਹਿਰ ਆਈ ਪਰ ਜ਼ਿਮੀਦਾਰ ਦੇ ਕਿਸੇ 2 ਕਿੱਲੇ ਭਰ ਗਏ ਕਿਸੇ ਦਾ 1 ਕਿੱਲਾ ਭਰ ਗਿਆ ਆਈ ਵੀ ਰਾਤ ਨੂੰ ਔਰ ਆ ਕੇ ਵੀ ਫੁੱਲ ਗਏ ਤਕਰੀਬਨ 35-40-45 ਖੇਤ ਤਾਂ ਸਾਡੇ ਜਿਹੜੇ ਗਾਹਕ ਆ ਸਾਡਿਆਂ ਦੇ ਖੜ੍ਹੇ ਰਹਿ ਗਏ ਜੋ ਗਿੱਲੇ ਆ ਮਸ਼ੀਨਾਂ ਚੱਲ ਨਹੀਂ ਪਾ ਰਹੀਆਂ ਉਹ ਹੁਣ ਵਿਚਾਰੇ ਰੋਣ ਹੱਕੇ ਹੋਏ ਪਏ ਕਰੀਏ ਤਾਂ ਕਰੀਏ ਕੀ ਜੀ ਝੋਨਾ ਵੱਢ ਹੋਏਗਾ ਤਾਂ ਉਦੋਂ ਫਿਰ ਘਾਟਾ ਪਏਗਾ ਭਾਜੀ ਉਹ ਤਾਂ ਤੁਸੀਂ ਦੇਖੋ ਕੱਲ੍ਹ ਮੰਡੀ ਦੇ ਵਿੱਚ ਕਹਿੰਦੇ ਸੀ ਜੀ ਅੱਜ ਦਾ ਦਿਨ ਅਖੀਰ ਲਾਇਆ ਕੱਲ੍ਹ ਪ੍ਰਾਈਵੇਟ ਵਾਲੇ ਆ ਕੇ ਕਹਿੰਦੇ ਸੀ ਸਾਨੂੰ ਦਿਓ ਜੀ ਸਾਨੂੰ ਦਿਓ ਜੀ ਕੋਈ ਤਲਵੰਡੀ ਸਾਬੋ ਤੋਂ ਆਏ ਅਸੀਂ ਕੋਈ ਕਿਤਿਓਂ ਆਏ ਅਸੀਂ ਪ੍ਰਾਈਵੇਟ ਅੱਜ ਸਰਕਾਰੀ ਖਰੀਦ ਬੰਦ ਹੋ ਜਾਣੀ ਕੱਲ੍ਹ ਨੂੰ ਪ੍ਰਾਈਵੇਟ ਵਾਲਿਆਂ ਨੇ ਕਹਿਣਾ ਜੀ ਸਾਡਾ ਮਾਲ ਪੂਰਾ ਹੋ ਗਿਆ ਅਸੀਂ ਤਾਂ 200-400 ਘਟਾ ਕੇ ਲਵਾਂਗੇ ਇਹ ਜ਼ਿਮੀਦਾਰ ਨੂੰ ਘੱਟ ਆਇਆ ਭਾਜੀ ਇਹ ਗੌਰਮੈਂਟਾਂ ਨੇ ਜ਼ਿਮੀਦਾਰ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜਾ ਜ਼ਿਮੀਦਾਰ ਆ ਮੁਲਕ ਦੀ ਬੈਕਬੋਨ ਰੀੜ ਦੀ ਹੱਡੀ ਆ ਕਿਸਾਨੀ ਜੀ ਇਹ ਜੇ ਹੁਣ ਹਫ਼ਤਾ 10 ਦਿਨ ਸਾਨੂੰ ਮਿਲ ਜਾਂਦੇ ਸਾਰਿਆਂ ਦਾ ਨਿਰਵਿਘਨ ਚੱਕ ਹੋ ਜਾਣਾ ਸੀ ਸਾਡੇ ਨਾਲ ਮੌਜੂਦ ਨੇ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਮਨਜਿੰਦਰ ਵਾਲੀਆ ਜੀ ਵਾਲੀਆ ਜੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਜਿਹੜਾ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅੱਜ ਸਰਕਾਰੀ ਖਰੀਦ ਜਿਹੜੀ ਬੰਦ ਕੀਤੀ ਜਾ ਰਹੀ ਆ ਪਿਛਲੇ ਸਾਲ ਕਿੰਨੀ ਖਰੀਦ ਕੀਤੀ ਜਾਣੀ ਸੀ ਕਿੰਨੀ ਕੀਤੀ ਗਈ ਆ ਅਤੇ ਇਸ ਵਾਰ ਕਿੰਨੀ ਘਟਾਈ ਗਈ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਇਸ ਵਾਰ ਗੌਰਮੈਂਟ ਨੇ ਜਿਹੜੀ ਆ ਇੱਕ ਪੰਜਾਬ ਦੇ ਵਿੱਚ 1,70,000 ਹੈਕਟਰ ਟਨ ਖਰੀਦਣ ਦਾ ਟੀਚਾ ਰੱਖਿਆ ਜਿਹੜਾ ਕਿ ਪਿਛਲੀ ਵਾਰ 2,04,000 ਸੀ ਜੋ ਮੈਨੂੰ ਕੱਲ੍ਹ ਦੀ ਫਿਗਰ ਪਤਾ ਲੱਗੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ 91% ਜਿਹੜੀ ਪਿਛਲੀ ਵਾਰ ਦੇ ਨਾਲੋਂ ਪਰਚੇਜ ਹੋਈ ਅਤੇ ਬਾਕੀ 9% ਰਹਿੰਦੀ ਆ ਸੀਗੀ ਪਿਛਲੇ ਸਾਲ ਨਾਲੋਂ ਕਿ ਜਿਹੜੀ ਸਰਕਾਰ ਨੇ ਕੱਲ੍ਹ ਪਰਚੇਜ ਬੰਦ ਕਰ ਦਿੱਤੀ ਲੇਕਿਨ ਅੱਜ ਫਿਰ ਕਹਿੰਦੇ 1 ਦਿਨ ਲਈ ਪਰਚੇਜ ਹੋਰ ਕੀਤੀ ਜਾਊਗੀ ਕਿ ਜਿਹੜੀ ਅੱਗੇ ਨਾਲ ਰਕਬਾ ਵੀ ਕਿਸਾਨਾਂ ਦਾ ਜ਼ਿਆਦਾ ਆ ਬੀਜਿਆ ਹੋਇਆ ਅਤੇ ਅੱਗੇ ਨਾਲ ਝੋਨਾ ਜ਼ਿਆਦਾ ਆਉਣਾ ਜੋ ਅਸੀਂ ਕਿਸਾਨਾਂ ਤੋਂ ਜਾਣਕਾਰੀ ਲਈ ਆ ਹਜੇ 4-5 ਤੋਂ 7% ਖੇਤਾਂ ਦੇ ਵਿੱਚ ਝੋਨਾ ਖੜ੍ਹਾ ਆ ਕਿ ਜਿਹੜੀ ਸਰਕਾਰ ਕਹਿੰਦੀ ਅੱਜ ਝੋਨੇ ਦੀ ਅਸੀਂ ਲਾਸਟ ਪਰਚੇਜ ਆ ਪਹਿਲੋਂ 9 ਕਹਿ ਰਹੇ ਸੀ ਅੱਜ ਕਹਿ ਰਹੇ 10 ਤਰੀਕ ਨੂੰ ਬੰਦ ਕਰ ਦਿੰਦੇ ਜਿਹਦੇ ਵਿੱਚ ਕਰਕੇ ਰਾਤ ਵੀ ਕਿਸਾਨਾਂ ਦੇ ਵਿੱਚ ਬੜੀ ਘਬਰਾਹਟ ਪਾਈ ਜਾ ਰਹੀ ਸੀ ਕਿ ਬੜੀ ਜਲਦੀ ਜਿਹੜਾ ਕਿ ਤੁਸੀਂ ਦੇਖ ਵੀ ਰਹੇ ਹਾਂ ਝੋਨਾ ਗਿੱਲਾ ਸੁੱਕਾ ਜਿੱਦਾਂ ਦਾ ਹੈਗਾ ਵਢਾ ਕੇ ਮੰਡੀਆਂ 'ਚ ਲਿਆ ਰਹੇ ਆ ਅਤੇ
ਅਸੀਂ ਚਾਹੁੰਦੇ ਹਾਂ ਕਿ ਘੱਟੋ ਘੱਟ ਇਹ ਡੇਟ ਜਿਹੜੀ ਆ 15 ਤਰੀਕ ਤੱਕ ਕੀਤੀ ਜਾਵੇ ਤਾਂ ਕਿ ਆਪਣਾ ਕਿਸਾਨ ਜਿਹੜਾ ਪੂਰੀ ਤਰ੍ਹਾਂ ਪਕਾ ਕੇ ਝੋਨਾ ਮੰਡੀਆਂ 'ਚ ਲਿਆ ਕੇ ਪੂਰਾ ਆਪਣਾ ਝੋਨਾ ਦਾ MSP ਰੇਟ 'ਤੇ ਵੇਚ ਸਕਣ। ਅਸੀਂ ਪੰਜਾਬ ਸਰਕਾਰ ਸੈਂਟਰ ਸਰਕਾਰ ਦੋਨਾਂ ਨੂੰ ਅਪੀਲ ਕਰਦੇ ਹਾਂ ਵੀ ਜ਼ਿਲ੍ਹਾ ਨਵਾਂਸ਼ਹਿਰ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਹਜੇ 5 ਤੋਂ 7% ਝੋਨਾ ਆਉਣਾ ਬਕਾਇਆ ਆ, ਉਹਦੇ ਲਈ ਸਾਡੀ ਜਿਹੜੀ ਆ 5 ਦਿਨ ਜਿਹੜੀ ਆ ਖਰੀਦ ਹੋਰ ਵਧਾ ਦਿੱਤੀ ਜਾਵੇ। ਝੋਨਾ ਜੀ ਬਾਕੀ ਤਾਂ ਵੱਢ ਹੋ ਗਿਆ ਸਾਡੇ ਜੀ, 5 ਏਕੜ ਖੜ੍ਹੇ ਆ ਜੀ, ਅਚਾਨਕ ਨਹਿਰ ਦਾ ਪਾਣੀ ਆ ਗਿਆ ਜੀ, ਪਾਣੀ ਦਾ ਉਹ ਗਿੱਲੇ ਹੋ ਗਿਆ, ਅਜੇ ਵੀ ਹਫ਼ਤਾ ਨਹੀਂ ਵੱਢ ਹੋ ਸਕਦੇ ਜੀ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਬਲਿਹਾਰ ਸਿੰਘ ਜੀ। ਨਹਿਰ ਦੇ ਨਾਲਾਂ ਖੁੱਲੀਆਂ ਸੀ ਜੀ, ਇੱਕ ਤਾਂ ਹੋਰ ਕਣਕ ਕਿਸੇ ਦੀ ਬੀਜੋ ਖਰਾਬ ਹੋ ਗਈ ਆ, ਅਤੇ ਬਾਕੀ ਮੇਰਾ ਝੋਨਾ ਕੰਬਾਈਨ ਆ ਉਦਣੇ ਕੱਟਣਾ ਸੀਗਾ ਅਤੇ ਉਹ ਪਾਣੀ ਅਚਾਨਕ ਆ ਗਿਆ, ਉਸ ਵਿੱਚੋਂ ਵਿੱਚੋਂ ਸਾਰੇ ਪਾਣੀ ਫਿਰ ਗਿਆ ਜੀ। ਮੇਰੇ ਪਿੰਡ ਦੇ ਹੋਰ ਪਾਸੇ ਖਾਲੇ ਹੈਗੇ ਆ, ਉਹਨਾਂ ਦਾ ਵੀ 2.5 ਏਕੜ ਇੱਕ ਦਾ ਖਰਾਬ ਹੋਇਆ ਅਤੇ ਲਗਭਗ 3-4 ਏਕੜ ਇੱਕ ਦੇ ਹੋਰ ਵੀ ਪਾਣੀ ਨਾਲ ਖਰਾਬ ਹੋਇਆ ਜੀ। ਹਾਂਜੀ, ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਮੰਗ ਇਹੀ ਕਰਦੇ ਹਾਂ ਜੀ, ਜੇ ਹਫ਼ਤਾ ਕੁ ਹੋਰ ਵਧਾ ਦੇਣ, ਮੰਨ ਲਏ ਗੱਲ 20 ਤਰੀਕ ਤੱਕ 17 ਤਰੀਕ ਤੱਕ ਕੀਤਾ ਜਾਵੇ ਤਾਂ ਸਾਰਿਆਂ ਨਾਲ ਵਧੀਆ ਗੱਲ ਹੈ ਜੀ। ਹਾਂਜੀ ਹਾਂਜੀ, ਸਰਕਾਰ ਦੀ ਝੋਨਾ ਖਰੀਦ ਝੋਨੇ ਦੀ ਖਰੀਦ ਜਿਹੜੀ ਆ ਬੰਦ ਕਰਨ ਕਰਕੇ, ਇਹ ਤੁਸੀਂ ਮੇਰੇ ਜਿਹੜਾ ਪਿੱਛੇ ਦੇਖ ਸਕਦੇ ਹੋ, ਇਹ ਹਰਾ ਝੋਨਾ ਵਢਾਇਆ ਗਿਆ ਜਿਹੜਾ ਇੱਥੇ ਹੁਣ ਸੁਕਾਉਣ ਦੇ ਲਈ ਮੰਡੀ ਦੇ ਵਿੱਚ ਪਾਇਆ ਗਿਆ ਹੈ, ਜਿਸ ਕਰਕੇ ਕਿਸਾਨਾਂ ਦੇ ਵਿੱਚ ਕਾਹਲ ਵੀ ਹੈਗੀ ਹੈ ਕਿ ਜਲਦੀ ਜਿਹੜਾ ਸਰਕਾਰੀ ਖਰੀਦ ਕੀਤੀ ਜਾਵੇ, ਲੇਕਿਨ ਇਹ ਅਸਾਰ ਜਿਹੜਾ ਕਿਸਾਨਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਅੱਗੇ ਨਜ਼ਰ ਨਹੀਂ ਆ ਰਿਹਾ। ਅਤੇ ਸੋ ਅੱਜ ਦੇ ਜਿਹੜੇ ਸੀਗੇ ਕਿਸਾਨ ਜਿਨ੍ਹਾਂ ਨੇ ਆਪਣਾ ਦੁੱਖੜਾ ਦੱਸਿਆ, ਆਪਣੇ ਦੁੱਖਾਂ ਬਾਰੇ ਜਾਣਕਾਰੀ ਦਿੱਤੀ ਹੈ, ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਵਾਲੀਆ ਨੇ ਜਿਨ੍ਹਾਂ ਨੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਆ, ਅੱਜ ਲਈ ਸਿਰਫ ਇੰਨਾ ਹੀ। ਹੁਣ ਮੈਨੂੰ ਨਵਾਂਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮੇਹਰ ਨੂੰ ਦੀ ਇਜਾਜ਼ਤ, ਨਵੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਫਿਰ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਜੀਤ ਦੇ ਸਮੂਹ ਪਾਠਕਾਂ ਨੂੰ ਅਤੇ ਅਜੀਤ ਵੈਬ ਟੀਵੀ ਦੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।